ਨਵੇਂ ਸਾਲ ਤੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ। ਵੇਖੋ ਕਿਵੇਂ ਬਦਮਾਸ਼ਾਂ ਨੇ ਭੰਨ ਦਿੱਤੀਆਂ ਗੱਡੀਆਂ, ਰੋਕਣ ਵਾਲੇ ਤੇ ਤੇਜ਼ ਤਾਰ ਹਥਿਆਰਾਂ ਨਾਲ ਕੀਤਾ ਹਮਲਾ। ਦੱਸ ਦੇ ਕਿ ਨਵੇਂ ਸਾਲ ਮੌਕੇ ਬਦਮਾਸ਼ਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ, ਜਿੱਥੇ ਇਹਨਾਂ ਵੱਲੋਂ ਗੱਡੀਆਂ ਭੰਨ ਦਿੱਤੀਆਂ ਗਈਆਂ ਨੇ ਤੇ ਜੋ ਵੀ ਕੋਈ ਇਹਨਾਂ ਦੇ ਸਾਹਮਣੇ ਆਇਆ ਇਹਨਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਕਈ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ। ਤਾਂ ਦੱਸ ਦੇ ਕਿ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਨਵੇਂ ਸਾਲ ਦੀ ਸ਼ੁਰੂਆਤ ਨੂੰ ਲੈ ਕੇ ਜਿੱਥੇ ਪੁਲਿਸ ਵੱਲੋਂ ਹਰ ਚੱਪੇ ਚੱਪੇ ਤੇ ਨਾਕੇਬੰਦੀ ਕੀਤੀ ਗਈ ਸੀ, ਉੱਥੇ ਹੀ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਉੱਤੇ ਕੁਝ ਬਦਮਾਸ਼ਾਂ ਵੱਲੋਂ ਇੱਕ ਗਲੀ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ ਤੇ ਬਦਮਾਸ਼ਾਂ ਵੱਲੋਂ ਗਲੀ ਦੇ ਵਿੱਚ ਖੜੀਆਂ ਕਾਰਾਂ ਤੋੜ ਦਿੱਤੀਆਂ ਗਈਆਂ ਨੇ ਤੇ ਗਲੀ ਦੇ ਵਿੱਚ ਜੇਕਰ ਕੋਈ ਵੀ ਵਿਅਕਤੀ ਉਹਨਾਂ ਦੇ ਸਾਹਮਣੇ ਆਉਂਦਾ ਸੀ ਤਾਂ ਇਹਨਾਂ ਵੱਲੋਂ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਦੇ ਨਾਲ ਉਹ ਜ਼ਖਮੀ ਹੋ ਜਾਂਦੇ ਨੇ। ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਬਟਾਲਾ ਰੋਡ ਸਥਿਤ ਨਹਿਰੂ ਕਲੋਨੀ ਦੇ ਵਿੱਚ ਰਹਿ ਰਹੇ ਅੰਮ੍ਰਿਤਪਾਲ ਨਾਮਕ ਨੌਜਵਾਨ ਦੇ ਨਾਲ ਇਹਨਾਂ ਬਦਮਾਸ਼ਾਂ ਦੀ ਪੁਰਾਣੀ ਰੰਜਿਸ਼ ਸੀ ਅਤੇ ਆਪਣੀ ਰੰਜਿਸ਼ ਦਾ ਬਦਲਾ ਲੈਣ ਲਈ ਇਹ ਬਦਮਾਸ਼ ਗਲੀ ਦੇ ਵਿੱਚ ਆਏ ਤੇ ਅੰਮ੍ਰਿਤਪਾਲ ਨੂੰ ਗਲੀ ਵਿੱਚ ਨਾ ਪਾ ਕੇ ਇਹਨਾਂ ਬਦਮਾਸ਼ਾਂ ਨੇ ਫਿਰ ਆਪਣਾ ਗੁੱਸਾ ਕਾਰਾਂ ਤੇ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਤੇ ਹਮਲਾ ਕਰ ਦਿੱਤਾ, ਸ਼ੀਸ਼ੇ ਤੱਕ ਭੰਨ ਦਿੱਤੇ ਗਏ ਅਤੇ ਜਦ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਵੱਲੋਂ ਲੋਕਾਂ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾ ਦਿੱਤਾ ਗਿਆ। ਤਾਂ ਦੱਸ ਦਈਏ ਕਿ ਇਸ ਸੰਬੰਧੀ ਜਿਹੜੀ ਜਾਣਕਾਰੀ ਸੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਦੱਸ ਦਈਏ ਕਿ ਨਵੇਂ ਸਾਲ ਮੌਕੇ ਬਦਮਾਸ਼ਾਂ ਨੇ ਗੁੰਡਾਗਰਦੀ ਕੀਤੀ, ਇੱਕ ਗਲੀ ਦੇ ਵਿੱਚ ਆ ਕੇ ਗੱਡੀਆਂ ਤੋੜ ਦਿੱਤੀਆਂ ਗਈਆਂ ਨੇ। ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ, ਜਿੱਥੇ ਇੱਕ ਨੌਜਵਾਨ ਨੂੰ ਲੱਭਦੇ ਹੋਏ ਆਏ ਸੀ ਪਰ ਇਹਨਾਂ ਨੂੰ ਇਹ ਨੌਜਵਾਨ ਨਹੀਂ ਮਿਲਿਆ ਤਾਂ ਗੁੱਸਾ ਕਾਰਾਂ ਤੇ ਵਿਖਾਉਣ ਲੱਗ ਗਏ, ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਤੇ ਲੋਕਾਂ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਲੋਕਾਂ ਤੇ ਵੀ ਹਮਲਾ ਕਰ ਦਿੱਤਾ। ਮੈਂ ਜਦ ਪਹਿਲਾਂ ਵੀ ਇੱਥੇ ਲੜ ਕੇ ਗਏ, ਮਾਰ ਕੇ ਗਏ ਬੋਤਲਾਂ ਬਾਤਲਾਂ ਤੇ ਅਸੀਂ ਅੰਦਰ ਬੈਠੇ ਸੀ, ਅਚਾਨਕ ਹੀ ਆਏ, ਇਹਨਾਂ ਨੇ ਰੌਲਾ ਪਾਇਆ ਵਾ, ਆਉਂਦੇ ਮੁੰਡੇ ਨੂੰ ਫੜਿਆ ਇਹਨਾਂ ਨੇ, ਦਾਤਰਾਂ ਮਾਰੀਆਂ ਤੇ ਲੇਡੀ ਸੀ ਉਹ ਵੀ ਛਡਾਉਣ ਲੱਗੀ, ਉਹਦੇ ਵੀ ਮੱਥੇ 'ਤੇ ਇਹਨਾਂ ਨੇ ਇੱਟ ਮਾਰੀ ਅਤੇ ਉਹ ਲੇਡੀ ਸਾਡੀ ਬੇਹੋਸ਼ ਹੋਈ ਹੈ ਇਸ ਟਾਈਮ, ਉਹ ਹੋਸਪਿਟਲ ਨੂੰ ਆਕਸੀਜਨ ਲੱਗੀ ਹੈ ਅਤੇ ਮੁੰਡੇ ਦਾ ਤਾਂ ਜੇ ਕੁਛ ਪਤਾ ਨਹੀਂ ਹੈ ਕਿ ਉਹਨੂੰ ਕਿੰਨੀਆਂ ਕੁ ਸੱਟਾਂ ਲਾਤੀਆਂ ਕਿ ਬਚਦਾ ਵੀ ਹੈ ਕਿ ਨਹੀਂ ਬਚਦਾ। ਬਹੁਤ ਬੁਰਾ ਹਾਲ ਕੀਤਾ ਜੀ, ਜਿਨ ਪਤਾ ਨਹੀਂ ਕਿੰਨੇ ਕੁ ਮੁੰਡੇ ਸੀ ਦੱਸ ਨਹੀਂ ਸਕਦੇ, ਕਿਉਂਕਿ ਮੈਨੂੰ ਤਾਂ ਉਹਨਾਂ ਦੇ ਨਾਵਾਂ ਦਾ ਨਹੀਂ ਪਤਾ, ਅੱਗੇ ਜਿਹੜੇ ਮੁੰਡੇ ਇਹਨਾਂ ਨੂੰ ਪਤਾ ਉਹਨਾਂ ਦੇ ਨਾਵਾਂ ਦਾ, ਉਹ ਦਾਤਰ ਮਾਰੀ ਜਾ ਰਹੇ ਉਹਨੂੰ, ਇੱਕ ਜਿਹੇ ਨੂੰ ਇੰਨਾ ਛਡਾਉਣ ਡੇ ਸੀ ਉਹ ਛੱਡਦਾ ਨਹੀਂ ਸੀ ਪਿਆ ਮੁੰਡਾ। ਕਿਹੜੀ ਜਗ੍ਹਾ ਦਾ ਵਾਕਿਆ ਜੀ? ਇਹ ਨਹਿਰੂ ਕਲੋਨੀ ਦਾ ਜੀ, ਸੁੱਖੇ ਦੀ ਹਵੇਲੀ ਲੱਗੇ ਜੀ। ਜਿਹੜੇ ਮੁੰਡੇ ਸੀ ਉਹ ਜੇ ਦੂਸਰੇ, ਉਹ ਕਿਹੜੀ ਜਗ੍ਹਾ ਦੇ ਰਹਿਣ ਵਾਲੇ? ਉਹ ਇੱਧਰ ਜੀ ਬਾਠਾਂ ਵਾਲੀ ਗਲੀ ਵਦਿਆਵਾਲ ਦੇ ਹੈਗੇ ਜੀ, ਕੁੰਡਿਆਂ ਵਾਲੇ ਕੋਲ ਦੇ ਜੀ। ਹੁਣ ਮੰਗ ਕੀ ਕਰਦੇ ਹੋ ਜੀ ਤੁਸੀਂ? ਮੰਗ ਇਹੀ ਕਰਦੇ ਹਾਂ ਕਿ ਸਾਨੂੰ ਬੱਚੇ ਨੂੰ ਇਨਸਾਫ ਚਾਹੀਦਾ ਬੱਚਿਆਂ ਨੂੰ। ਇਹ ਗੱਲ ਜੀ, ਇੱਥੇ ਆਪਾਂ ਗਲੀ ਵਿੱਚ ਬੱਚੇ ਬੈਠੇ ਸੀ ਸਾਡੇ, ਪਹਿਲਾਂ ਉਹਨਾਂ 'ਤੇ ਹਮਲਾ ਕੀਤਾ ਵਾ ਅਤੇ ਇਹ ਗਲੀ ਦੇ ਵਿੱਚ ਸਾਡੀ ਗਲੀ ਬੰਦ ਆ, ਉਹ ਝੱਗ ਸਿੱਕਣ ਡੇ, ਮੇਰੀਆਂ ਬੇਟੀਆਂ ਸੀ ਅਤੇ ਮੇਰਾ ਬੇਟਾ ਵੀ ਬੈਠਾ ਸੀ ਅਤੇ ਪਹਿਲਾਂ ਇਹਨਾਂ ਨੇ ਕੀਤਾ ਉਹਨਾਂ ਦੇ ਉੱਤੇ ਹਮਲਾ, ਇਹਨਾਂ ਨੇ ਚਲਾਈਆਂ ਬੋਤਲਾਂ, ਇੱਟਾਂ ਨਾਲੇ ਦਾਤਰ ਲੈ ਗਿਆ ਸੀ, ਨਾਲੇ ਗਾਲਾਂ ਕੱਢੀਆਂ ਇਹਨਾਂ ਨੇ ਅਤੇ ਉਸ ਤੋਂ ਬਾਅਦ ਆਪਾਂ ਰਿਪੋਰਟ ਲਿਖਾਉਣ ਚਲ ਗਏ ਹਾਂ। 112 ਨੰਬਰ 'ਤੇ ਫੋਨ ਕੀਤਾ, ਕਾਲ ਕੀਤੀ ਆ, ਉਹ ਸਾਡੇ ਘਰ ਕਾਰਵਾਈ ਕਰਨ ਵਾਸਤੇ ਆਏ ਆ, ਕਾਰਵਾਈ ਕੀਤੀ ਉਹਨਾਂ ਨੇ, ਸਾਰਾ ਜੋ ਵੀ ਆ ਵੀਡੀਓ ਬਣਾਈ ਆ ਅਤੇ ਅਸੀਂ ਚਲ ਗਏ ਹਾਂ ਸਦਰ ਥਾਣੇ। ਸਦਰ ਥਾਣੇ ਥਾਣ ਜਾਣ ਤੋਂ ਬਾਅਦ ਅਸੀਂ ਉੱਥੇ ਰਿਪੋਰਟ, ਹਾਲੀ ਰਿਪੋਰਟ ਹੀ ਲਿਖਾ ਰਹੇ ਹਾਂ ਅਤੇ ਪਿੱਛੋਂ ਫਿਰ ਸਾਨੂੰ ਫੋਨ ਆ ਗਿਆ ਵਾ ਕਿ ਸਾਡੀ ਗਲੀ ਵਿੱਚ ਫਿਰ ਹਮਲਾ ਹੋ ਗਿਆ ਵਾ। ਹੋਰ ਕਿਹੜੇ ਬੰਦੇ ਸੀ ਉਹ ਜੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ? ਹਾਂਜੀ, ਇਹਨਾਂ ਦੀ ਜੀ ਪਹਿਲਾਂ ਚਲੋ ਝਗੜਾ ਇਹਨਾਂ ਦਾ ਹੈਗਾ ਸੀ, ਠੀਕ ਹੈ, ਅਤੇ ਝਗੜਾ ਇਹਨਾਂ ਦਾ ਖਤਮ ਵੀ ਹੋ ਗਿਆ ਸੀ, ਉਹਨਾਂ ਨੇ ਬੱਚਿਆਂ ਦੇ ਪਰਚੇ ਪੁਰਚੇ ਕਰਾਏ, ਜਮਾਨਤਾਂ ਇਹਨਾਂ ਬੱਚਿਆਂ ਦੀਆਂ ਸਾਰਿਆਂ ਦੀਆਂ ਹੋ ਗਈਆਂ ਸੀ, ਠੀਕ ਹੈ, ਅਤੇ ਇਹਨਾਂ ਨੇ ਫਿਰ ਹਮਲੇ ਚਾਲੂ ਕਰਤੇ ਆ। ਹੁਣ ਮੰਗ ਕੀ, ਪੁਲਿਸ ਮੌਕੇ 'ਤੇ ਆਈ ਸੀ? ਪੁਲਿਸ ਮੌਕੇ 'ਤੇ ਆਈ ਆ। ਹੁਣ ਕੀ ਮੰਗ ਕੀ ਕਰਦੇ ਤੁਸੀਂ ਭਾਜੀ? ਮੰਗ ਅਸੀਂ ਇਹ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਕਿੰਨੇ ਕੁ ਬੰਦੇ ਆਏ ਜਿਨ੍ਹਾਂ ਨੇ ਗਲੀ 'ਚ ਭੰਨ ਤੋੜ ਕੀਤੀ? ਕਿੰਨੇ ਕੁ ਬੰਦੇ ਜੀ? ਕਦੋਂ 30-40 ਬੰਦੇ ਆਏ? ਅੱਛਾ ਜੀ। ਹੁਣ
ਮੰਗ ਕੀ ਕਰਦੇ ਭਾਜੀ ਤੁਸੀਂ? ਮੰਗ ਇਹ ਇਨਸਾਫ ਚਾਹੀਦਾ ਸਾਨੂੰ ਜੀ।